ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਐਂਡ ਵੈਲਕਮ ਟੂ ਮਾਈ ਚੈਨਲ ਮਿਊਜ਼ਿਕ ਗੁਰੂ। ਗੱਲਾਂ ਨਾਲ ਨਹੀਂ ਉਸਾਰਨਾ ਹੈ ਕਰਕੇ ਵਿਖਾਉਣਾ ਮੈਂ, ਧੱਕੇ ਨਾਲ ਨਹੀਂ ਉਹ ਮੇੜ ਤਾਣਾ ਅੱਗੇ ਆਉਣਾ ਮੈਂ, ਗੱਲਾਂ ਨਾਲ ਨਹੀਂ ਉਸਾਰਨਾ ਹੈ ਕਰਕੇ ਦਿਖਾਉਣਾ ਮੈਂ, ਧੱਕੇ ਨਾਲ ਨਹੀਂ ਉਹ ਮੇੜ ਤਾਣਾ ਅੱਗੇ ਆਉਣਾ ਮੈਂ। ਕਿਸਮਤ ਲੈਣੀ ਹੈ ਗੁਲਾਮ ਕਰ ਮੈਂ, ਕਿਸਮਤ ਲੈਣੀ ਹੈ ਗੁਲਾਮ ਕਰ ਮੈਂ, ਮਾੜਾ ਟਾਈਮ ਫਿਰ ਦੂਰੋਂ ਦੂਰੋਂ ਚੱਕੂਏ, ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ 'ਚ ਰੱਖੂ ਬੇਬੇ ਬਾਪੂ ਦੇ। ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ 'ਚ ਰੱਖੂ ਬੇਬੇ ਬਾਪੂ ਦੇ। ਸੋ ਅੱਜ ਆਪਾਂ ਸੌਂਗ ਇਹੀ ਕਰਾਂਗੇ ਜੀ, ਹੌਂਸਲੇ ਬਾਏ ਗੁਰਜੈਜ਼। ਅਤੇ ਇਹਦੀ ਮੈਨੂੰ ਸੌਂਗ ਨੂੰ ਵੀ ਆਏ ਨੂੰ ਥੋੜ੍ਹਾ ਟਾਈਮ ਹੀ ਹੋਇਆ ਹਲੇ, ਅਤੇ ਦੋ ਤਿੰਨ ਜਣਿਆਂ ਨੇ ਇਹਦੀ ਰਿਕੁਐਸਟ ਵੀ ਕੀਤੀ ਸੀਗੀ ਮੈਨੂੰ, ਕਿਹਾ ਪਾਓ, ਅਤੇ ਮੈਂ ਵੀ ਸੌਂਗ ਸੁਣਿਆ, ਕਾਫੀ ਵਧੀਆ ਲੱਗਿਆ ਮੈਨੂੰ ਵੀ ਇਹ ਸੌਂਗ। ਅਤੇ ਅੱਜ ਹੁਣ ਆਪਾਂ ਦੇਖਦੇ ਹਾਂ ਕਿ ਇਹ ਸੌਂਗ ਹਾਰਮੋਨੀਅਮ 'ਤੇ ਕਿੱਦਾਂ ਪਲੇ ਕਰਨਾ, ਬਿਲਕੁਲ ਸਲੋ ਤੁਹਾਨੂੰ ਦੱਸਦੇ ਹਾਂ, ਐਂਡ ਇਹਦੇ ਉੱਤੇ ਮੈਂ ਇੱਥੇ ਤੁਹਾਨੂੰ ਨੋਟੇਸ਼ਨ ਦਊਂਗਾ ਇਹਦੀ, ਠੀਕ ਹੈ ਜੀ। ਉਹ 'ਤੇ ਤੁਹਾਨੂੰ ਕਾਫੀ ਸੌਖਾ ਲੱਗੂਗਾ ਸਿੱਖਣਾ। ਅਤੇ ਪਲੀਜ਼ ਮੈਨੂੰ ਇਹਦੀ ਦੱਸਿਓ ਕਮੈਂਟ ਕਰਕੇ ਕਿ ਇੱਦਾਂ ਸੌਖਾ ਲੱਗਦਾ ਜਾਂ ਜਿੱਦਾਂ ਪਹਿਲਾਂ ਹੁੰਦਾ ਸੀ ਉੱਦਾਂ ਸੌਖਾ ਲੱਗਦਾ, ਠੀਕ ਹੈ ਜੀ। ਨੋਟੇਸ਼ਨ ਮੈਂ ਇਹ 'ਚ ਤੁਹਾਨੂੰ ਵੀਡੀਓ ਵਿੱਚ ਹੀ ਦੇ ਰਿਹਾ। ਚਲੋ ਹੁਣ ਆਪਾਂ ਦੇਖਦੇ ਹਾਂ ਕਿੱਥੋਂ ਆਪਾਂ ਇਹ ਸੌਂਗ ਸਟਾਰਟ ਕਰਨਾ, ਧਾ ਤੋਂ ਆਪਾਂ ਇਹ ਸੌਂਗ ਸਟਾਰਟ ਕਰਾਂਗੇ, ਠੀਕ ਹੈ ਜੀ। ਇੱਥੇ ਮੈਂ ਉੱਤੇ ਨੋਟੇਸ਼ਨ ਦੇਤੀ ਆ, ਆ ਨੋਟੇਸ਼ਨ 'ਤੇ ਦੇਖੀ ਚਲੋ। ਗੱਲਾਂ ਨਾਲ ਨਹੀਂ ਓ, ਗੱਲਾਂ ਨਾਲ ਧਾ ਧਾ, ਗੱਲਾਂ ਨਾਲ ਨਹੀਂ ਓ ਸਾਰਣਾ ਇਹ ਕਰਕੇ ਦਿਖਾਉਣਾ ਮੈਂ, ਧੱਕੇ ਨਾਲ ਨਹੀਂ ਓ ਮੇਨ ਤਾਣਾ ਅੱਗੇ ਆਉਣਾ ਮੈਂ। ਕਿਸਮਤ ਲੈਣੀ ਹੈ ਗੁਲਾਮ ਕਰ ਮੈਂ, ਕਿਸਮਤ ਲੈਣੀ ਹੈ ਗੁਲਾਮ ਕਰ ਮੈਂ, ਮਾੜਾ ਟਾਈਮ ਫਿਰ ਦੂਰੋਂ ਦੂਰੋਂ ਚੱਕੂਏ, ਮਾੜਾ ਟਾਈਮ ਫਿਰ ਦੂਰੋਂ ਦੂਰੋਂ ਚੱਕੂਏ। ਠੀਕ ਹੈ ਜੀ, ਇੰਨਾ ਹੋ ਗਿਆ। ਸਾਰਾ ਜੱਗ ਜਿੱਤ ਲੈਣਾ ਹੈ ਮੈਂ ਵੇਖ ਲਈ, ਧਾ ਤੋਂ ਹੀ ਸਟਾਰਟ ਹੋਣਾ। ਸਾਰਾ ਜੱਗ ਜਿੱਤ ਲੈਣਾ ਹੈ ਮੈਂ ਵੇਖ ਲਈ, ਫਿਰ ਕਦਮਾਂ 'ਚ ਰੱਖੂ ਬੇਬੇ ਬਾਪੂ ਦੇ। ਜੱਗ ਜਿੱਤ ਲੈਣਾ ਹੈ ਮੈਂ ਵੇਖ ਲਈ, ਫਿਰ ਕਦਮਾਂ 'ਚ ਰੱਖੂ ਬੇਬੇ ਬਾਪੂ ਦੇ। ਠੀਕ ਹੈ ਜੀ, ਇੰਨੀ ਕੁ ਮੈਂ ਤੁਹਾਨੂੰ ਇਹਦੀ ਨੋਟੇਸ਼ਨ ਦਿੱਤੀ ਆ। ਨੈਕਸਟ ਦੋ ਨੋਟੇਸ਼ਨ, ਉਹ ਜੋ ਸੌਂਗ ਹੈ ਉਹ ਮੈਂ ਤੁਹਾਨੂੰ ਬਿਨਾਂ ਨੋਟੇਸ਼ਨ ਤੋਂ ਦੱਸੂੰਗਾ, ਠੀਕ ਹੈ ਜੀ। ਉਹ ਥੋੜ੍ਹਾ ਜਿਹਾ ਇੱਦੋਂ ਵੀ ਹਾਈ ਆ ਜਾਂਦਾ। ਵੈਸੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਸੌਂਗ ਦਾ ਓਰੀਜਨਲ ਸਕੇਲ ਨਹੀਂ ਹੈ, ਬਿਕੋਜ਼ ਜੋ ਓਰੀਜਨਲ ਸਕੇਲ ਆ ਉਹ ਥੋੜ੍ਹਾ ਜਿਹਾ ਹਾਈ ਆ, ਠੀਕ ਹੈ ਜੀ। ਕਾਫੀ ਵਿਊਜ਼ ਦੀ ਆਵਾਜ਼ ਉੱਥੇ ਤੱਕ ਨਹੀਂ ਪਹੁੰਚਦੀ, ਸੋ ਦੈਟਸ ਵਾਈ ਮੈਂ ਥੋੜ੍ਹਾ ਜਿਹਾ ਇਹਨੂੰ ਲੋਅਰ ਸਕੇਲ 'ਚ ਦੱਸਿਆ, ਠੀਕ ਹੈ ਜੀ। ਨੈਕਸਟ ਹੁਣ ਆਪਾਂ ਦੇਖਦੇ ਹਾਂ ਕਿੱਥੋਂ ਸਟਾਰਟ ਹੋਣਾ। ਨੈਕਸਟ ਜੋ ਸਟਾਰਟ ਹੋਣਾ ਤਾਰ ਸਪਤਕ ਦੇ ਗਾ ਤੋਂ, ਇੱਥੋਂ ਇਹ ਤਾਰ ਸਪਤਕ ਦਾ ਗਾ, ਠੀਕ ਹੈ ਜੀ। ਆਪਾਂ ਇੱਥੋਂ ਹੁਣ ਸਟਾਰਟ ਕਰਨਾ। ਸਾਰਾ ਕੁਝ ਹੀ ਨਹੀਂ ਵੀਰੇ ਰੱਬ ਵੱਲੋਂ ਸਰਨਾ, ਬੜਾ ਕੁਝ ਜ਼ਿੰਦਗੀ 'ਚ ਆਪ ਪੈਣਾ ਕਰਨਾ, ਚੱਖੜ ਵੀ ਚੁੱਲਣੇ ਤੂਫਾਨ ਬੜੇ ਆਉਣੇ ਨੇ, ਹੌਸਲੇ ਨੂੰ ਪੈਣਾ ਏ ਪਹਾੜ ਜਿੱਡਾ ਕਰਨਾ, ਤਕਦੀਰ ਦੀ ਕੀ ਜ਼ੁਰਤ ਹਰਾ ਜਵੇ, ਤਕਦੀਰ ਦੀ ਕੀ ਜ਼ੁਰਤ ਹਰਾ ਜਵੇ, ਹੌਸਲੇ ਜੇ ਬਣ ਜੇ ਲੜਾਕੂਏ। ਠੀਕ ਹੈ ਜੀ, ਆਹ ਹੁਣ ਦੇਖੋ ਕਿੱਦਾਂ ਪਲੇ ਹੋਣਾ, ਬਿਲਕੁਲ ਸਲੋ ਤੁਹਾਨੂੰ ਦੱਸਦਾ। ਇੱਥੋਂ ਸਟਾਰਟ ਕਰਕੇ ਤਾਰ ਸਪਤਕ ਦੇ ਗਾ ਤੋਂ ਸਟਾਰਟ ਕਰਕੇ, ਠੀਕ ਹੈ ਜੀ। ਸਾਰਾ ਕੁਝ ਹੀ ਨੀ ਵੀਰੇ ਰੱਬ ਵੱਲੋਂ ਸਰਨਾ, ਬੜਾ ਕੁਝ ਜ਼ਿੰਦਗੀ 'ਚ ਆਪ ਪੈਣਾ ਕਰਨਾ, ਚੱਖੜ ਵੀ ਚੁੱਲਣੇ ਤੂਫਾਨ ਬੜੇ ਆਉਣੇ ਨੇ, ਹੌਸਲੇ ਨੂੰ ਪੈਣਾ ਏ ਪਹਾੜ ਜਿੱਡਾ ਕਰਨਾ, ਤਕਦੀਰ ਦੀ ਕੀ ਜ਼ੁਰਤ
ਹਰਾਜ ਵੇ ਤਕਦੀਰ ਦੀ ਕਿਦਰਤ ਹਰਾਜ ਵੇ ਹੌਸਲੇ ਜੇ ਬਣ ਜਾਂ ਲੜਾਕੂਏ ਸਾਰਾ ਜੱਗ ਜਿੱਤ ਲੈਣਾ ਹੈ ਮੈਂ ਵੇਖ ਲਈ ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ ਜੱਗ ਜਿੱਤ ਲੈਣਾ ਹੈ ਮੈਂ ਵੇਖ ਲਈ ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ। ਠੀਕ ਹੈ ਜੀ, ਇੱਦਾਂ ਇਹ ਵੀਡੀਓ ਸੀ, ਇੱਦਾਂ ਇਹ ਸੌਂਗ ਪਲੇ ਹੋਣਾ ਸੀ। ਜੇਕਰ ਤੁਹਾਨੂੰ ਵਧੀਆ ਲੱਗਿਆ ਦੈਨ ਲਾਈਕ ਜ਼ਰੂਰ ਕਰਦੇ ਕਰੋ ਐਂਡ ਕਮੈਂਟਸ ਵਿੱਚ ਮੈਨੂੰ ਇਹਦੀ ਫੀਡਬੈਕ ਜ਼ਰੂਰ ਦਿਓ। ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ।